ਅਰਦਾਸ ਕਰਾਂ ਮੂਵੀ ਖਤਮ ਹੋ ਚੁੱਕੀ ਹੈ, ਕਿੱਦਾਂ ਲੱਗੀ ਤੁਹਾਨੂੰ ਫਿਲਮ? ਬਹੁਤ ਵਧੀਆ ਮੂਵੀ ਹੈ ਜੀ। ਇਹਦੇ ਵਿੱਚ ਅਲੱਗ ਅਲੱਗ ਜਿਹੜੇ ਆਪਣੇ ਜਨਰੇਸ਼ਨ ਦੇ ਨੇ ਉਹਨਾਂ ਦੀ ਜਿਹੜੀ ਸਾਈਕੋਲੋਜੀ ਆ ਉਹਨੂੰ ਮੁੱਖ ਰੱਖ ਕੇ ਬਣਾਈ ਆ। ਅੱਜ ਦੀ ਜਿਹੜੀ ਭੱਜ ਦੌੜ ਦੀ ਜ਼ਿੰਦਗੀ ਹੈ 'ਚ ਸਾਰੇ ਜਣੇ ਖਿਜੇ ਰਹਿੰਦੇ ਆ, ਕਿਸੇ ਨਾ ਕਿਸੇ ਤਕਲੀਫਾਂ ਉਹਦੇ ਵਿੱਚ ਦਿਖਾਇਆ ਕਿ ਤਕਲੀਫਾਂ ਹਰੇਕ ਦੀ ਜ਼ਿੰਦਗੀ ਦੇ ਵਿੱਚ ਹੈ ਨਾ। ਫਰੀਦਾ ਮੈਂ ਜਾਣਿਆ ਦੁੱਖ ਮੁੱਝ ਕੋ, ਦੁੱਖ ਸਵਾਏ ਜੱਗ 'ਚ ਚੜ੍ਹ ਕੇ ਦੇਖਿਆ ਕਰ ਕਰੇ ਹੀ ਅੱਗ। ਸੋ ਕਨਸੈਪਟ ਲੈ ਕੇ ਕਿ ਦੁੱਖ ਸਭ ਨੂੰ ਆ, ਪਰ ਉਸ ਦੁੱਖ ਨੂੰ ਕੱਟ ਕੇ ਆਪਾਂ ਜ਼ਿੰਦਗੀ ਨੂੰ ਕਿਵੇਂ ਜਿਉਣਾ ਆ। ਜ਼ਿੰਦਗੀ ਜ਼ਿੰਦਾਬਾਦ ਦਾ ਨਾਰਾ ਇਕੱਲਾ ਲਾਉਣਾ ਕਾਫੀ ਨਹੀਂ ਗਾ, ਜ਼ਿੰਦਗੀ ਨੂੰ ਅਸਲ ਦੇ ਵਿੱਚ ਜ਼ਿੰਦਾਬਾਦ ਬਣਾਉਣਾ ਕਿਵੇਂ ਆ ਉਹ ਚੀਜ਼ ਆ। ਇਹਦੇ ਵਿੱਚ ਇੱਕ ਡਾਇਲੋਗ ਆ ਕਿ ਟੁੱਟ ਕੇ ਦੁਬਾਰਾ ਜੁੜਨਾ ਅਤੇ ਦੁਬਾਰਾ ਉਦੋਂ ਬਿਹਤਰ ਬਣਨਾ, ਮਤਲਬ ਉਸ ਚੀਜ਼ ਬਾਰੇ ਆ। ਜਨਰੇਸ਼ਨ ਗੈਪ ਆ, ਬਹੁਤ ਸਾਰੀਆਂ ਚੀਜ਼ਾਂ ਕਵਰ ਕੀਤੀਆਂ ਨੇ। ਸਰਬੱਤ ਦੇ ਭਲੇ ਦੀ ਗੱਲ ਕੀਤੀ ਆ, ਆਪਣੇ ਸਾਰਿਆਂ ਲਈ, ਹਰੇਕ ਜਨਰੇਸ਼ਨ ਦੇ ਲਈ ਜਿਹੜੇ ਹੈਗੇ ਆ ਗਰੁੱਪ ਜਨਰੇਸ਼ਨ ਦਾ, ਉਹਦੇ ਲਈ ਇੱਕ ਬਹੁਤ ਵਧੀਆ ਮੈਸੇਜ ਆ ਕਿ ਜ਼ਿੰਦਗੀ ਨੂੰ ਜਿਉਣਾ ਕਿਵੇਂ ਚਾਹੀਦਾ ਆ, ਜੋ ਸਾਡੀ ਗੁਰਬਾਣੀ ਸਿਖਾਉਂਦੀ ਆ ਉਸ ਚੀਜ਼ ਦੇ ਉੱਤੇ ਆ। ਬਹੁਤ ਵਧੀਆ ਮੂਵੀ ਆ। ਥੈਂਕ ਯੂ ਸੋ ਮਚ ਜੀ। ਥੈਂਕ ਯੂ। ਦੇਖੋ ਫਿਲਮ ਦਾ ਬਹੁਤ ਵੱਡਾ ਸੁਨੇਹਾ ਹੈ ਜੀ, ਅਤੇ ਮੈਂ ਇੱਕ ਮੈਸੇਜ ਇਹ ਵੀ ਦੇਣਾ ਚਾਹੁੰਦਾ ਹੈਗਾ ਵੀ ਜਿਵੇਂ ਇੱਕ ਕਹਾਵਤ ਸੀ ਨਾ ਪਹਿਲਾਂ ਪਿੱਛੇ ਜੇ ਚੱਲੀ ਆ ਰਹੀ ਸੀਗੀ ਵੀ ਇੱਕ ਬਜ਼ੁਰਗ ਆਪਣੇ ਮਾਤਾ ਪਿਤਾ ਨੂੰ ਲੈ ਕੇ ਮੋਢਿਆਂ 'ਤੇ ਚੱਕ ਕੇ ਨਹਿਰ 'ਚ ਸੁੱਟਣ ਚੱਲਿਆ ਗਿਆ। ਉਹ ਜਦੋਂ ਸੁੱਟਣ ਲੱਗਿਆ ਤਾਂ ਉਹ ਬਜ਼ੁਰਗ ਕਹਿੰਦਾ ਵੀ ਪੁੱਤਰ ਇੱਥੇ ਨਾ ਸੁੱਟੀ, ਥੋੜ੍ਹਾ ਅੱਗੇ ਕਰਕੇ ਸੁੱਟੀ। ਉਹ ਕਹਿੰਦੇ ਕਿਉਂ? ਕਹਿੰਦਾ ਵੀ ਇੱਥੇ ਮੈਂ ਆਪਣੇ ਬਾਪੂ ਨੂੰ ਸੁੱਟਿਆ ਸੀ। ਹੈਂ? ਅਤੇ ਉਹ ਜਿਹੜਾ ਮਤਲਬ ਇੱਦਾਂ ਦੇ ਜਿਹੜੇ ਵਿੱਚ ਸੀਨ ਮਤਲਬ ਹੋ ਵਿੱਚ ਸੁਨੇਹਾ ਮਿਲਦਾ ਇਸ ਚੀਜ਼ ਦਾ ਵੀ ਅਸੀਂ ਕਿੱਦਾਂ ਮਾਂ ਬਾਪ ਦੀ ਕਦਰ ਕਰਨੀ ਆ ਅਤੇ ਬੱਚਿਆਂ ਦੇ ਨਾਲ ਕਿੱਦਾਂ ਇੱਕ ਫਰੈਂਡ ਦੋਸਤਾਂ ਵਾਂਗੂ ਰਹਿਣਾ ਹੈ, ਹਰ ਇੱਕ ਗੱਲ ਨੂੰ ਬਹੁਤ ਅੱਛੇ ਤਰੀਕੇ ਦੇ ਨਾਲ ਫਿਲਮ ਫਿਲਮਾਈ ਗਈ ਆ ਅਤੇ ਜ਼ਿੰਦਗੀ ਜਿਉਣ ਦਾ ਢੰਗ ਦਿਖਾਇਆ ਗਿਆ ਇਸ ਫਿਲਮ ਦੇ ਵਿੱਚ। ਅਤੇ ਸਾਡਾ ਜਿਹੜਾ ਟਰੱਸਟ ਆ ਭਾਈ ਘਨੱਈਆ ਜੀ ਟਰੱਸਟ, ਉਹਦੇ ਵੱਲੋਂ ਇਹ ਅੱਜ ਇਸ ਸਾਰੇ ਸਰਕਾਰੀ ਸਕੂਲਾਂ ਦੇ ਜਿਹੜੇ ਬੱਚੇ ਆ, ਇਹ ਗੋਪੀ ਬਾਈ ਦੇ ਉਪਰਾਲੇ ਦੇ ਨਾਲ, ਗੀਪੀ ਬਾਈ ਦੇ ਉਪਰਾਲੇ ਦੇ ਨਾਲ, ਇਹ ਸਾਰੇ ਅਸੀਂ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਬੱਚੇ ਆ ਇਹ, ਜਿਨ੍ਹਾਂ ਨੂੰ ਅਸੀਂ ਭਾਈ ਘਨੱਈਆ ਜੀ ਟਰੱਸਟ ਵੱਲੋਂ ਅੱਜ ਇਹ ਫਿਲਮ ਦਿਖਾਈ ਆ। ਅਸੀਂ ਆਸ ਕਰਦੇ ਹਾਂ ਇਹਨਾਂ ਦੇ ਬੱਚਿਆਂ ਦੇ ਵਿੱਚੋਂ ਵੀ ਇਹ ਵਰਤਮਾਨ ਦੇ ਵਿੱਚ ਜਿਉਣਗੇ ਅਤੇ ਇਹਨਾਂ ਦਾ ਹਾਲਾਤ ਕਿਹੋ ਜਿਹੇ ਵੀ ਹੋਣ, ਜ਼ਿੰਦਗੀ ਦੇ ਪ੍ਰਸਥਿਤੀ ਕਿਹੋ ਜਿਹੀ ਵੀ ਹੋਵੇ, ਅੱਗੇ ਜਾ ਕੇ ਇਹ ਬੱਚੇ ਉਹਨਾਂ ਪ੍ਰਸਥਿਤੀਆਂ ਦੇ ਨਾਲ ਮਤਲਬ ਕਿ ਜੂਝ ਕੇ ਆਪਣੇ ਆਪ ਨੂੰ ਕੌਨਫੀਡੈਂਸ ਦੇ ਵਿੱਚ ਰੱਖ ਕੇ ਵਧੀਆ ਢੰਗ ਨਾਲ ਜ਼ਿੰਦਗੀ ਜੀ। ਬਹੁਤ ਬਹੁਤ ਧੰਨਵਾਦ ਸਰ ਜੀ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ। ਜਿੱਦਾਂ ਤੁਸੀਂ ਦੇਖਿਆ ਕਿ ਅਰਦਾਸ ਕਰਾਂ ਮੂਵੀ ਦੇ ਜਿਹੜੇ ਸਾਰੇ ਸ਼ੋਅ ਦਾ ਆਲਮੋਸਟ ਹਾਊਸਫੁੱਲ ਚੱਲ ਰਿਹਾ ਸਾਡੇ ਨਾਲ ਖੜਿਆ, ਭਾਅ ਜੀ ਕਿੱਦਾਂ ਲੱਗੀ ਤੁਹਾਨੂੂੰ ਅਰਦਾਸ ਕਰਾਂ? ਵਧੀਆ ਫਿਲਮ ਹੈ ਜੀ। ਹਾਂਜੀ, ਬਹੁਤ ਵਧੀਆ ਫਿਲਮ। ਅੱਜ ਕੱਲ੍ਹ ਦੇ ਮੁੰਡੇ ਤਾਂ ਵੈਸੇ ਦੂਜੀਆਂ ਫਿਲਮਾਂ ਲੜਾਈ ਝਗੜੇ ਵਾਲੀਆਂ ਦੇਖਣੀਆਂ ਪਸੰਦ ਕਰਦੇ, ਤੁਸੀਂ ਅਰਦਾਸ ਕਰਾਂਗੇ ਉਹ ਦੇਖਣਾ? ਇਹ ਵੀ ਵਧੀਆ ਫਿਲਮ ਹੈ ਜੀ। ਹਾਂਜੀ, ਇਹਦੇ ਵਿੱਚ ਕੀ ਕੀ ਸਿੱਖਣ ਨੂੰ ਮਿਲਿਆ? ਇੱਕ ਤਾਂ ਆਪਣਾ ਮਾਪਿਆਂ ਦੀ ਕਦਰ ਕਰੋ, ਹੋਰ ਕੀ ਕੀ ਸਿੱਖਿਆ ਤੁਸੀਂ? ਹੋਰ ਵੀ ਵਧੀਆ ਹੈ ਜੀ ਫਿਲਮ, ਆਪਣਾ ਜ਼ਿੰਦਗੀ ਬਾਰੇ ਠੀਕ ਹੈ ਜੀ। ਕਿੱਦਾਂ ਲੱਗੀ ਫਿਲਮ? ਵਧੀਆ ਲੱਗੀ ਜੀ। ਵਧੀਆ ਲੱਗੀ ਫਿਲਮ, ਇੰਜੋਏ ਕੀਤੀ? ਹਾਂਜੀ। ਸਾਰੇ ਲੋਕਾਂ ਨੂੰ ਇੱਕ ਵਾਰੀ ਅਪੀਲ ਕਰ ਦਿਓ ਕਿ ਫਿਲਮ ਜ਼ਰੂਰ ਦੇਖਣ ਆਉਣ। ਹਾਂਜੀ, ਫਿਲਮ ਜ਼ਰੂਰ ਦੇਖਣ ਆਉਣ ਜੀ, ਫਿਲਮ ਬਹੁਤ ਵਧੀਆ ਹੈ ਜੀ। ਠੀਕ ਹੈ, ਥੈਂਕ ਯੂ ਸੋ ਮਚ।